ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹੋਂ ਉਤੋਲ ਤੂੰ ਤੇਰਾ ਅੰਤ ਨ ਪਾਰਾ ਬਾਰਿਆ ਜਿਨੇ ਤੂੰ ਸੇਵਿਆ ਭਉ ਕਰ ਸੇ ਤੁਧ ਪਾਰ ਅਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਵਾਰਿਆ ਤਨ ਸੁ ਤੇਰਾ ਸਥਾਨ ਹੈ ਸਚ ਤੇਰਾ ਪੇਸ਼ ਕਾਰਿਆ ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਦਾਰਿਆ ਅਜ ਦਾਸ ਤਨ ਤਨ ਸਤਿਗੁਰ RAM ਦਾਸ ਮਹਾਰਾਜ ਦੀਆਂ ਵਡਿਆਈਆਂ ਉਹਨਾਂ ਦੀ ਦਰ ਦੀ ਸ਼ੋਭਾ ਤਾਂ ਹਮੇਸ਼ਾ ਹੀ ਰਹਿੰਦੀ ਆ ਪਰ ਤਨ ਤਨ ਗੁਰੂ RAM ਦਾਸ ਮਹਾਰਾਜ ਦੇ ਨਾਮ ਦੀ ਸ਼ਕਤੀ ਇੰਨੀ ਆ ਕਿ ਉਹਨਾਂ ਦਾ ਨਾਮ ਲੈਂਦੇ ਆ ਹੀ ਕਿ ਮੈਂ ਅਸੰਭਵ ਜਿਹੜੇ ਕੰਮ ਆ ਹਨ ਉਹ ਸੰਭਵ ਹੋ ਜਾਂਦੇ ਆ ਅੱਜ ਦਾਸ ਇਸੇ ਹੀ ਵਿਸ਼ੇ ਦੇ ਉੱਤੇ ਇੱਕ ਕਹਾਣੀ ਦਾ ਜੇਕਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਇੱਕ ਪਰਿਵਾਰ ਆ ਉਸ ਪਰਿਵਾਰ ਦੇ ਵਿੱਚ ਉਸ ਕਾਲਪੁਰਖ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਉਹਨਾਂ ਦੇ ਘਰ ਦੇ ਵਿੱਚ ਇੱਕ ਜੀ ਨਵਾਂ ਮਹਿਮਾਨ ਆਇਆ ਉਹ ਆਇਆ ਪੁੱਤਰ ਦੇ ਰੂਪ ਦੇ ਵਿੱਚ ਜਦ ਪੁੱਤਰ ਦੇ ਰੂਪ ਦੇ ਵਿੱਚ ਆਇਆ ਤੇ ਸਾਰੇ ਘਰ ਦੇ ਵਿੱਚ ਬੜੀ ਖੁਸ਼ੀ ਹੋਈ ਬੜੀਆਂ ਲਹਿਰਾਂ ਵਹਿਰਾ ਹੋਈਆਂ ਪਰ ਕਿਸਨ ਨੂੰ ਇਹ ਨਹੀਂ ਸੀ ਪਤਾ ਕਿ ਇਹ ਜਿਹੜੀ ਖੁਸ਼ੀ ਹਨਾ ਇਹ ਗਮ ਦੇ ਵਿੱਚ ਬਦਲ ਜਾਊਗੀ ਪਰ ਅਜੰਜੇਤ ਕੀ ਹੋਇਆ ਕਿ ਉਹ ਜਿਹੜਾ ਨਵ ਜੰਮਿਆ ਬੱਚਾ ਸਗਾਂ ਉਹਦੀ ਤਬੀਰ ਤੇ ਜਿਹੜੀ ਸੀ ਉਹ ਵਿਗਣ ਲੱਗ ਪਈ ਉਹ ਵਿਗਣ ਲੱਗ ਪਈ ਗੱਲ ਇਹ ਹੋਈ ਕਿ ਇਹ ਜਿਹੜਾ ਬੱਚਾ ਘਰ ਦੇ ਵਿੱਚ ਜੰਮਿਆ ਸਗਾ ਪੈਦਾ ਹੋਣਾ ਸਗਾ ਉਹ ਜਿਹੜੀ ਨਰਸ ਇਸ ਬੱਚੇ ਦੀ ਦੇਖਭਾਲ ਵਾਸਤੇ ਰੱਖੀ ਸੀਗੀ ਉਹ ਜਿਹੜੀ ਨਰਸ ਸੀ ਉਹਦੇ ਮਨ 'ਚ ਸੀਗਾ ਕਿ ਇਹ ਕੇਸ ਮੈਂ ਸੰਭਾਲ ਲੂੰਗੀ ਕਿਉਂਕਿ ਹਰੇਕ ਕੋਈ ਵੀ ਵਿਅਕਤੀ ਹੋਵੇ ਉਹਦੇ ਅੰਦਰ ਮਾਇਆ ਦਾ ਲੋਭ ਆਈ ਜਾਂਦਾ ਹੈਗਾ ਇਸ ਕਰਕੇ ਨਰਸ ਦੇ ਮਨ ਚ ਸੀਗਾ ਕਿ ਜੇ ਇਸ ਜਦ ਮੈਂ ਕਰੂੰਗੀ ਤੇ ਮੈਨੂੰ 4 ਪੈਸੇ ਇਹ ਜਿਹੜਾ ਪਰਿਵਾਰਾ ਖੁਸ਼ੀ ਕਰਕੇ ਦੇਊਗਾ ਪਰ ਉਹ ਜਿਹੜਾ ਕੇਸ ਸੀਗਾ ਉਸ ਨਰਸ ਦੇ ਹੱਥੋਂ ਨਿਕਲ ਗਿਆ ਜਦੋਂ ਨਰਸ ਕੋ ਸੰਭਾਲਿਆ ਨਹੀਂ ਗਿਆ ਤੇ ਉਹਨੇ ਉਸੇ ਟਾਈਮ ਜਾਨੀ ਕਿਹਾ ਤਾਂ ਕਿ ਤੁਸੀਂ ਇਸ ਤਰ੍ਹਾਂ ਕਰੋ ਇਹ ਬੱਚੇ ਨੂੰ ਨਾ ਹਸਪੀਟਲ ਲੈ ਜਾਓ ਲੋ ਜਿਹੜੇ ਘਰ ਦੇ ਸੀਗੇ ਹਸਪੀਟਲ ਲੈ ਗਏ ਜਦ ਹਸਪੀਟਲ ਲਗੇ ਜਦੋਂ ਡਾਕਟਰਾਂ ਨੇ ਉਹ ਬੱਚੇ ਨੂੰ ਦੇਖਿਆ ਜਿਹੜੇ ਪਹਿਲੇ ਹਸਪੀਟਲ ਲੈ ਕੇ ਗਏ ਉਹ ਡਾਕਟਰ ਕਹਿਣ ਲੱਗੇ ਕਿ ਤੁਹਾਨੂੰ ਨਹੀਂ ਸੀ ਪਤਾ ਕਿ ਇਹ ਕੇਸ ਕਰਨ ਵਾਲਾ ਨਹੀਂ ਸੀ ਇਸ ਕਰਕੇ ਜਦੋਂ ਉਹਨੇ ਬੱਚੇ ਨੂੰ ਚੈੱਕ ਕੀਤਾ ਤਾਂ ਉਹਨੇ ਕਹਿ ਦਿੱਤਾ ਕਿ ਬੱਚੇ ਦੀ ਮੌਤ ਹੋ ਚੁੱਕੀ ਆ ਹੁਣ ਅਸੀਂ ਇਹਦੇ ਬਾਰੇ ਕੁਝ ਨਹੀਂ ਕਰ ਸਕਦੇ ਤੁਸੀਂ ਇਸ ਨੂੰ ਘਰ ਲੈ ਜਾ ਲਓ ਜੀ ਡਾਕਟਰ ਨੇ ਚੈੱਕਅਪ ਕਰਕੇ ਬੱਤੇ ਦੀ ਜਿਹੜੀ ਮੌਤ ਸੀ ਉਹ ਡੈਕਲੇਅਰ ਕਰ ਦਿੱਤੀ ਜਦ ਮੌਤ ਬੱਚੇ ਦੀ ਡੈਕਲੇਅਰ ਹੋਈ ਬਸ ਫੇਰ ਕੀ ਸੀ ਫੇਰ ਘਰ ਦੇ ਜਿਹੜੇ ਸੀਗੇ ਉਹ ਬਿਜਾਰੇ ਪੂਰੀ ਤਰ੍ਹਾਂ ਦਾਸ ਹੋ ਗਏ ਪਰ ਉਸ ਪਰਵਾਰ ਦੀ ਇੱਕ ਬੀਬੀ ਸੀ ਜਿਸ ਬੀਬੀ ਦਾ ਧੰਗੁਰੂ ਰਾਮਦਾਸ ਮਹਾਰਾ ਦੇ ਵਿੱਚ ਅਥਾਹ ਵਿਸ਼ਵਾਸ ਸੀਗਾ ਉਹ ਬੀਬੀ ਜਿਹੜੀ ਸੀਗੀ ਉਹ ਆਪਣੇ ਪਰਿਵਾਰ ਨੂੰ ਕਹਿਣ ਲੱਗੀ ਕਿ ਚਲੋ ਅਗਰ ਇੱਕ ਡਾਕਟਰ ਨੇ ਜਵਾਬ ਦੇ ਦਿੱਤਾ ਹੈਗਾ ਉਹਨੇ ਕਹਿ ਦਿੱਤਾ ਕਿ ਇਹ ਜਿਹੜਾ ਬੱਚਾ ਹੈਗਾ ਇਹ ਮਰ ਚੁੱਕਾ ਹੈਗਾ ਤੇ ਆਪਾਂ ਆਪਣੀ ਤਸੱਲੀ ਵਾਸਤੇ ਕਿਸੇ ਦੂਸਰੇ ਡਾਕਟਰ ਨੂੰ ਦਿਖਾ ਦਈਏ ਹੋ ਸਕਦਾ ਹੈਗਾ ਕਿ ਇਹ ਡਾਕਟਰ ਜਿਹੜਾ ਹੈਗਾ ਇਸ ਨੂੰ ਭੁਲੇਖਾ ਲੱਗ ਗਿਆ ਹੋਵੇ ਗੱਲ ਕੀ ਆਪਣੀ ਮਨ ਦੀ ਤਸੱਲੀ ਵਾਸਤੇ ਕਰਦਿਆਂ ਨੇ ਵੀ ਜਿਹੜੀ ਸੀ ਉਸ ਬੀਬੀ ਦੀ ਸਲਾਹ ਮੰਨ ਲਈ ਦੂਸਰੇ ਹਸਪੀਟਲ ਲੱਗੇ ਜਾਂ ਦੂਸਰੇ ਹਸਪੀਟਲ ਲੱਗੇ ਉੱਥੇ ਉਹ ਜਿਹੜਾ ਮਰਿਆ ਬੱਚਾ ਸੀਗਾ ਉਹਨੂੰ ਚੈੱਕ ਕਰਾਇਆ ਜਦ ਚੈੱਕ ਕਰਾਇਆ ਡਾਕਟਰ ਨੇ ਕਿਹਾ ਤਾਂ ਉਹ ਪਾਈ ਇਹਨੂੰ ਤਾਂ ਮਰੇ ਨੂੰ ਤਕਰੀਬਨ 3 ਘੰਟੇ ਹੋ ਗਏ ਆ ਇਹਦੇ ਵਿੱਚ ਸਾਹ ਸਤ ਨਹੀਂ ਆ ਇਸ ਕਰਕੇ ਤੁਸੀਂ ਬੱਚੇ ਨੂੰ ਲੈ ਜਾਓ ਤੇ ਇਹਦਾ ਜੋ ਕਰਿਆ ਕਰਮ ਕਰ ਦੇ ਵਿੱਚ ਕਰਨਾ ਕਰਦੇ ਹੁਣ ਦੇਖੋ ਦੂਸਰੇ ਹਸਪੀਟਲ ਵਾਲੇ ਡਾਕਟਰ ਜਿਹੜਾ ਉਹ ਵੀ ਸਿਆਣਾ ਸੀਗਾ ਉਹਨੇ ਵੀ ਆਪਣੀ ਡਾਕਟਰੀ ਵਿਦਿਆ ਦੇ ਅਨਸਾਰ ਸਾਰਾ ਕੁਝ ਚੈੱਕ ਕਰਕੇ ਜਵਾਬ ਦੇ ਦਿੱਤਾ ਜਾਂ ਜਵਾਬ ਦੇ ਦਿੱਤਾ ਹੁਣੇ ਪਰਵਾਰ ਪੂਰੀ ਤਰ੍ਹਾਂ ਟੁੱਟ ਗਿਆ ਟੁੱਟ ਗਿਆ ਤੇ ਉਹ ਬੱਚੇ ਨੂੰ ਜਦ ਗੱਡੀ ਚ ਲੈ ਕੇ ਘਰ ਜਾਣ ਲੱਗੇ ਰਸਤੇ ਦੇ ਵਿੱਚ ਇੱਕ ਹਨ ਜੁਤੀ ਨਾਂ ਦਾ ਕਲੀਨਿਕ ਸੀਗਾ ਉਹ ਕੁਦਰਤੀ ਉਹ ਬੀਬੀ ਜਿਹੜੀ ਧੰਗੁਰੂ ਰਾਮਦਾਸ ਮਹਾਰਾਜ ਅਥਾ ਸ਼ਰਦਾ ਰੱਖਦੀ ਸੀ ਤੇ ਉਹਨੇ ਉਸੇ ਟਾਈਮ ਡਰਾਈਵਰ ਨੂੰ ਕਹਿ ਕੇ ਇੱਕ ਮਿੰਟ ਗੱਡੀ ਰੋਕੀ ਜਦ ਡਰਾਈਵਰ ਨੇ ਗੱਡੀ ਰੋਕੀ ਉਹ ਕਹਿਣ ਲੱਗੀ ਵੀ ਦੇਖੋ ਆਪਾਂ ਦੋ ਹਸਪੀਟਲਾਂ ਤੋਂ ਚੈੱਕ ਕਰਾ ਲਿਆ ਬੱਚੇ ਨੂੰ ਤੇ ਸਾਰਿਆਂ ਨੇ ਇੱਕੋ ਇੱਕ ਇਹ ਕਹਿਤਾ ਹੈਗਾ ਕਿ ਬੱਚਾ ਹੁਣ ਮਿੱਟੀ ਬਣ ਚੁੱਕਾ ਪਰ ਸਾਹਮਣੇ ਆ ਜਿਹੜਾ ਡਾਕਟਰ ਦਾ ਕਲੀਨਿਕ ਆ ਇੱਕ ਵਾਰੀ ਤੀਜੀ ਵਾਰ ਆਪੇ ਚੈੱਕ ਕਰਾ ਲੈਣੇ ਹੁਣ ਦੇਖੋ ਮਾਂ ਦੀ ਮਮਤਾ ਹੈਗੀ ਜਦ ਇੰਨੀ ਗੱਲ ਹੋਇਓ ਕਰਦੇ ਕਹਿਣ ਲੱਗੇ ਵੀ ਦੋ ਐਡੇ ਵੱਡੇ ਹਸਪੀਟਲ ਤੇ ਡਾਕਟਰਾਂ ਨੇ ਜਾਂ ਚੈੱਕ ਕਰਕੇ ਜਵਾਬ ਦੇ ਦਿੱਤਾ ਹੁਣ ਤੀਜੀ ਵਾਰੀ ਚੈੱਕ ਕਰਾਉਣ ਦੀ ਕੀ ਲੋੜ ਉਹ ਕਹਿਣ ਲੱਗੀ ਵੀ ਪਤਾ ਨਹੀਂ ਮੇਰਾ ਮਨ ਕਹਿੰਦਾ ਹੈਗਾ ਕਿ ਇੱਕ ਵਾਰੀ ਫੇਰ ਚੈੱਕ ਕਰੋ ਪਰ ਉਹ ਕਰਦੇ ਚੈੱਕ ਕਰਾਉਣ ਨੂੰ ਤਿਆਰ ਨਹੀਂ ਸੀ ਪਰ ਉਹ ਮਾਈ ਜਿਹੜੀ ਸੀਗੀ ਉਹਦੇ ਜਿਆਦਾ ਮਨਤਾ ਕਰਨ ਦੇ ਉੱਤੇ ਉਹ ਕਰਦੇ ਕਹਿਣ ਲੱਗੇ ਚਲ ਠੀਕ ਆ ਉਹਦਾ ਮੋਹ ਪਿਆਰ ਦੇਖ ਕੇ ਘਰ ਦੇ ਜਿਹੜੇ ਸੀ ਉਹ ਬੱਚੇ ਨੂੰ ਚੱਕ ਕੇ ਉਸ ਕਲੀਨਿਕ ਦੇ ਵਿੱਚ ਲੈ ਗਏ ਜੋ ਛੋਟਾ ਜਿਹਾ ਕਲੀਨਿਕ ਸੀਗਾ ਜਦੋਂ ਉੱਥੇ ਲੈ ਗਏ ਉੱਥੇ ਜਾ ਕੇ ਫਿਰ ਜਾ ਡਾਕਟਰ ਨੂੰ ਦੱਸਿਆ ਕਿ ਇਹ ਬੱਚੇ ਨੂੰ ਥੋੜਾ ਚੈੱਕ ਕਰੋ ਜਦ ਇੰਨੀ ਗੱਲ ਹੋਈ ਹੁਣ ਡਾਕਟਰ ਉੱਠਿਆ ਉੱਠ ਕੇ ਉਹਨੇ ਜਦ ਬੱਚੇ ਨੂੰ ਚੈੱਕ ਕੀਤਾ ਹੁਣ ਦੋ ਹਸਪੀਟਲਾਂ ਤੋਂ ਜਵਾਬ ਮਿਲਿਆ ਸੀਗਾ ਤੇ ਇਹ ਵੀ ਜਿਹੜਾ ਸੀ ਡਾਕਟਰ ਸੀ ਚੈੱਕ ਕਰਨ ਲੱਪਿਆ ਪਰ ਉਹ ਜਿਹੜੀ ਮਾਈ ਸੀ ਜਿਹਦੇ ਅੰਦਰ ਸਾ ਸ਼ਰਦਾ ਧੰਗੁਰੂ RAMDAS ਮਹਾਰਾਜ ਦੀ ਸੀ ਉਹਦੇ ਮੂੰਖੋਂ बार-बार ਇਹੋ ਹੀ ਸ਼ਬਦ ਨਿਕਲ ਰਿਹਾ ਸੀ ਧੰਗੁਰੂ RAMDAS ਮਹਾਰਾਜ ਧੰਗੁਰੂ RAMDAS ਮਹਾਰਾਜ ਧੰਗੁਰੂ RAMDAS ਮਹਾਰਾਜ ਤੇ ਉਹਦੇ ਪਿਆਰ ਦੇ ਵਿੱਚ ਭਿੱਜੇ ਬੋਲ ਜਿਹੜਾ ਸੁਣ ਕੇ ਡਾਕਟਰ ਦੇ ਮਨ ਦੇ ਵਿੱਚ ਆਇਆ ਕਿ ਇਹ ਜਿਹੜੀ ਬੀਬੀ ਆ ਗੁਰੂ RAMDAS ਮਹਾਰਾਜ ਦੀ ਬਹੁਤ ਵੱਡੀ ਭਗਤਣੀ ਹੈਗੀ ਆ ਤੇ ਇਹਦੇ ਬਾਰ-ਬਾਰ ਮੁਖਤ ਧੰਗੁਰੂ ਰਾਮਦਾਸ ਮਹਾਰਾਜ ਦਾ ਨਾਮ ਨਿਕਲਦਾ ਹੈਗਾ ਚਲੋ ਇਹਦੀ ਮਮਤਾ ਨੂੰ ਸਲਾਮ ਹੈਗੀ ਆ ਇਹਦੀ ਭਜਨ ਬੰਦਗੀ ਨੂੰ ਸਲਾਮ ਆ ਫਿਰ ਵੀ ਡਾਕਟਰ ਦੇ ਮਨ ਚ ਆ ਵੀ ਚਲੋ ਮੈਂ ਬੱਚੇ ਦੀ ਇੱਕ ਵਾਰੀ ਫੇਰ ਦਵਾਰਾ ਤਸੱਲੀ ਕਰ ਦਿੰਦਾ ਪਰ ਉਹ ਕਰਦੇ ਨੇ ਦੱਸਿਆ ਵੀ ਦੋ ਵਾਰੀ ਤਾਂ ਅਸੀਂ ਚੈੱਕ ਕਰਾ ਚੁੱਕੇ ਆ ਪਰ ਉਹਨੇ ਕਹਿ ਦਿੱਤ ਕਿ ਇਹ ਬੱਚਾ ਢਾਡਾ ਜਿਹੜਾ ਹੈਗਾ ਇਹ ਮਰ ਚੁੱਕਾ ਹੈਗਾ ਜਦ ਨਿੱਨੀ ਗੱਲ ਹੋਈ ਡਾਕਟਰ ਕਹਿਣ ਲੱਗਾ ਚਲੋ ਕੋਈ ਗੱਲ ਨਹੀਂ ਮੈਂ ਵੀ ਆਪਣੀ ਇੱਕ ਵਾਰੀ ਇਹ ਬੱਚੇ ਨੂੰ ਚੈੱਕ ਕਰਕੇ ਚੰਗੀ ਤਰ੍ਹਾਂ ਆਪਣੀ ਵੀ ਤਸੱਲੀ ਕਰ ਲੈਂਦਾ ਹੈਗਾ ਹੁਣ ਜਦੋਂ ਤੀਸਰੀ ਵਾਰ ਉਹ ਬੱਚੇ ਨੂੰ ਚੈੱਕ ਕਰਨ ਲੱਗਾ ਡਾਕਟਰ ਉਹ ਡਾਕਟਰ ਨੇ ਕੀਤਾ ਉਹ ਬੱਚੇ ਨੂੰ ਹਨਾ ਚੱਕ ਕੇ ਥੋੜਾ ਪੁੱਠਾ ਲਮਕਾਇਆ ਪੁੱਠਾ ਲਮਕਾ ਕੇ ਕਾਦੀ ਜਿਹੜੀ ਸੀ ਉਹਦੀ ਖੱਬੀ ਲੱਤ ਤਾਂ ਉਹਨੇ ਕੀਤੀ ਕਾਦੀ ਸੱਜੀ ਲੱਤ ਤਾਂ ਉਹਨੇ ਕੀਤੀ ਹੌਲੀ ਹੌਲੀ ਆਪਣੇ ਹੱਥਾਂ ਦੇ ਨਾਲ ਬੱਚੇ ਨੂੰ ਮਾੜਾ 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 ਥੱਪ ਥਾਉਣ ਲੱਗ ਪਿਆ ਜਦ ਤੱਪ ਥਾਉਣ ਲੱਗ ਪਿਆ ਇਸ ਤਰ੍ਹਾਂ ਕਰਦੇ ਕਰਦੇ ਉਹ ਡਾਕਟਰ ਨੂੰ ਤਕਰੀਬਨ ਹਨਾ 4-5 ਮਿੰਟ ਲੱਗੇ ਜਦ 4-5 ਮਿੰਟ ਲੱਗੇ ਉਹ ਬੀਬੀ ਜਿਹੜੀ ਸੀ ਡਾਕਟਰ ਦੀ ਇਸ ਕਿਰਿਆ ਨੂੰ ਦੇਖਦੀ ਤੱਕਦੀ ਰਹੀ ਤੇ ਮੂੰਹ ਇਹੇ ਹੀ ਕਹਿਂਦੀ ਗਈ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਜਦ ਇਸ ਤਰ੍ਹਾਂ ਵਾਰ-ਵਾਰ ਉਹ ਆਪਣੀ ਰਸਨਾ ਤੋਂ ਇਸ ਤਰ੍ਹਾਂ ਸ਼ਬਦ ਚਾਰ ਦੀ ਗਈ ਗੁਰੂ ਰਾਮਦਾਸ ਮਹਾਰਾਜ ਦੇ ਪ੍ਰੇਮ ਦੇ ਵਿੱਚ ਤੇ ਦੇਖੋ ਚਾਰ ਪੰਜ ਮਿੰਟ ਦੀ ਡਾਕਟਰ ਦੀ ਥਾਪ-ਥਾਪ ਤੋਂ ਬਾਅਦ ਇੱਕ ਐਸਾ ਕ੍ਰਿਸ਼ਮਾ ਹੋਇਆ ਕਿ ਉਹ ਜਿਹੜੇ ਬੱਚਾ ਮਰਿਆ ਪਿਆ ਸੀਗਾ ਜਿਸ ਨੂੰ ਮਰੇ ਨੂੰ ਤਕਰੀਬਨ 3-4 ਘੰਟੇ ਤੋਂ ਉੱਪਰ ਸਮਾਂ ਹੋ ਗਿਆ ਸੀਗਾ ਅਚਨ ਚੇਤੂ ਦੇ ਸਵਾਸ ਚੱਲ ਪਏ ਜਦ ਸਵਾਸ ਚੱਲ ਪਏ ਉਹ ਡਾਕਟਰ ਵੀ ਹੈਰਾਨ ਹੋ ਗਿਆ ਉਹ ਕਹਿਣ ਲੱਗਾ ਲੈ ਬਈ ਅ ਬੱਚੇ ਦੇ ਸਵਾਸ ਚੱਲ ਗਿਆ ਧੰਨ ਗੁਰੂ ਰਾਮਦਾਸ ਮਹਾਰਾ ਦੀ ਕਿਰਪਾ ਹੋ ਗਈ ਆ ਹੁਣ ਕੋਈ ਪਰਵਾਹ ਨਹੀਂ ਹੁਣ ਆਪਾਂ ਇਹਦਾ ਇਲਾਜ ਕਰਾਂਗੇ ਜਦ ਇੰਨੀ ਗੱਲ ਹੋਈ ਜੋ ਹੀ ਸਵਾਸਾਂ ਦਾ ਨਾਂ ਘਰਦੇ ਨੇ ਸੁਣਿਆ ਬਸ ਫੇਰ ਕੇ ਸੀ ਸਾਬ ਦੇ ਮੁਰਦੇ ਹੋਏ ਦਿਲਾਂ ਦੇ ਵਿੱਚ ਜਾਨ ਆ ਗਈ ਤੇ ਫਿਰ ਉਸੇ ਟਾਈਮ ਡਾਕਟਰ ਨੇ ਉਸ ਬੱਚੇ ਨੂੰ ਕੁਝ ਟਾਈਮ ਵਾਸਤੇ ਜਿਹੜੀ ਸੀ ਉਹ ਆਕਸੀਜਨ ਦੇ ਦਿੱਤੀ ਆਕਸੀਜਨ ਦੇ ਕੇ ਉਹਦਾ ਬਾਕੀ ਜਿਹੜਾ ਸੀਗਾ ਡਾਕਟਰੀ ਮਿਆਨਾ ਕੀਤਾ ਮਿਆਨਾ ਕਰਨ ਤੋਂ ਬਾਅਦ ਥੋੜੇ ਜਿਹਰੇ ਬਾਅਦ ਉਹ ਬੱਚਾ ਜਿਹੜਾ ਸੀਗਾ ਪੂਰੀ ਹੋਸ਼ ਵਿੱਚ ਆ ਗਿਆ ਜਦ ਹੋਸ਼ ਆ ਗਿਆ ਤਾਂ ਡਾਕਟਰ ਕਹਿਣ ਲੱਗਾ ਹਾਂ ਹੁਣ ਬੱਚਾ ਖਤਰੇ ਤੋਂ ਬਾਹਰ ਆ ਹੁਣ ਬਿਲਕੁਲ ਨੋਰਮਲ ਆ ਤੇ ਥੋੜੀ ਬੋਤੀ ਜਿਹੜੀ ਦਵਾਈ ਸੀ ਉਹ ਡਾਕਟਰ ਨੇ ਜਿਹੜੀ ਸੀ ਉਹ ਘਰ ਦੇ ਇਹਨਾਂ ਦਿੱਤੀ ਕਹਿਣ ਲੱਗੇ ਕਿ ਥੋੜੀ ਬੋਤੀ ਆ ਜਿਹੜੀ ਲਿਕਵਿਡ ਦਵਾਈ ਆ ਇਹ ਬੱਚੇ ਨੂੰ ਦੁੱਧ ਦੇ ਵਿੱਚ ਥੋੜੀ ਜਿਹੀ ਜਿਹੜੀ ਹੈਗੀ ਇਹਦੇ ਮੂੰਹ ਨੂੰ ਲਾ ਦੇਣੀ ਆ ਤੇ ਬਸ ਇਸ ਤਰ੍ਹਾਂ ਕਹਿ ਕੇ ਉਹ ਡਾਕਟਰ ਨੇ ਉਹ ਜਿਹੜਾ ਮਰਿਆ ਹੋਇਆ ਬੱਚਾ 3-4 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ ਦੁਆਰਾ ਧੰਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਜਿੰਦਾ ਹੋ ਗਿਆ ਤੇ ਉਹਨੂੰ ਛੁੱਟੀ ਦੇ ਦਿੱਤੀ ਉਹ ਸਾਰਾ ਪਰਿਵਾਰ ਜਿਹੜਾ ਸੀਗਾ ਉਹ ਖੁਸ਼ੀ-ਖੁਸ਼ੀ ਘਰ ਪਹੁੰਚ ਗਿਆ ਇਹ ਹੈ ਧੰਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਸੋ ਐਸੀ ਵਡਿਆਈ ਧੰਗੁਰੂ ਰਾਮਦਾਸ ਮਹਾਰਾਜ ਦੀ ਕਿ ਮਰਿਆਂ ਨੂੰ ਵੀ ਧੰਗ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਜਿਹੜਾ ਹੈ ਨਾ ਉਹ ਜਿੰਦਾ ਕਰ ਸਕਦਾ ਇਸੇ ਕਰਕੇ ਗੁਰਬਾਣੀ ਨੇ ਆਖਿਆ ਹੈਗਾ ਕਿ ਮ੍ਰਿਤ ਕੋ ਜਵਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਇਸੇ ਕਰਕੇ ਸਾਡਾ ਗੁਰੂ ਪੂਰਾ ਹੈ ਤੇ ਗੁਰ ਸਮਰੱਥ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਹੈ ਵੀ ਹੋਗ ਗੁਰੂ ਸਮਰੱਥ ਹੈ ਕਿਉਂਕਿ ਗੁਰੂ ਆਪ ਉਹ ਅਕਾਲ ਪੁਰਖ ਦਾ ਸਰਗਣ ਰੂਪ ਹੈ ਇਸੇ ਕਰਕੇ ਬਾਣੀ ਨੇ ਆਖਿਆ ਹੈ ਕੇ ਸੋਡੀ सगल ਸ੍ਰਿਸ਼ਟ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ ਸਾਰੀ ਸ੍ਰਿਸ਼ਟੀ ਨੂੰ ਤਾਨ ਵਾਸਤੇ ਅਕਾਲਪੁਰਖ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਵਡਿਆਈ ਦਿੱਤੀ ਆ ਔਰ ਜੋ ਵੀ ਪ੍ਰਾਣੀ ਜਿਹੜਾ ਨਰਾਸ਼ ਹੋ ਕੇ ਹਾਰ ਕੇ ਥੱਕ ਕੇ ਟੁੱਟ ਕੇ ਸਾਰੀਆਂ ਆਸਾਂ ਤੋਂ ਜੋ ਟੁੱਟ ਚੁੱਕਾ ਹੈਗਾ ਇੱਕ ਵਾਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਉਤੇ ਅਗਰ ਸੱਚੇ ਦਿਲੋਂ ਟੈਪ ਹੋਵੇ ਤਾਂ ਫਿਰ ਉਹਦੇ ਉੱਤੇ ਕਿਰਪਾ ਵਾਪਰ ਦੀ ਵਾਪਰ ਦੀ ਹੈਗੀ ਆ ਸੋ ਐਸੀ ਕਰਮਾਤ ਹੈ ਧੰਗੁਰੂ ਰਾਮਦਾਸ ਮਰਦ ਦੇ ਨਾਮ ਦੀ ਧੰਗੁਰੂ ਰਾਮਦਾਸ ਮਰਦ ਦੇ ਦਰ ਦੀ ਵਡਿਆਈ ਦੀ ਤੇ ਅੱਜ ਲੱਖਾਂ ਸੰਗਤਾਂ ਆ ਕੇ ਆਪਣੀਆਂ ਕਾਮਨਾਵਾਂ ਦੀ ਪੂਰਤੀ ਵਾਸਤੇ 24 ਘੰਟੇ ਅਠੇ ਪੈਰ ਧੰਗੁਰੂ ਰਾਮਦਾਸ ਮਰਦ ਦੇ ਦਰ ਦੇ ਉੱਤੇ ਹੱਥ ਜੋੜ ਕੇ ਖੜੀਆਂ ਰਹਿੰਦੀਆਂ ਤੇ ਆਪਣੀਆਂ ਕਾਮਨਾਵਾਂ ਦੀਆਂ ਪੂਰਤੀਆਂ ਕਰਦੀਆਂ ਰਹਿੰਦੀਆਂ ਤੇ ਆਪਣੇ ਲੋਕ ਤੇ ਪਰਲੋਕ ਦੋਨੇ ਸਫਰ ਬਣਾਉਂਦੀਆਂ ਰਹਿੰਦੀਆਂ ਹਨ ਸੋ ਦਾਸ ਇੰਨੇ ਹੀ ਬਚਨ ਆਪ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਵਾਜੀ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਸੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ